आकाशवाणी खबर पंकज कोली कोला प्रधानमंत्री नरेंद्र मोदी और क्या है जे सिकल सैल रक्त अल्पदा उन्मूलन अभियान दो हजार संताली जनजात के जी नीचे बदलाव आनोग इस बारे जून महीने तक जीएसटी टैक्स संग्रह 12 फीसदी बधिए एक अशारिया छे लाख करोड़ रुपए तोड़ी पूजी गया है ਕੇਂਦਰੀ ਮੰਤਰੀ ਡਾਕਟਰ ਮਨਸੁਖ ਮਾਨਵੀ ਹੋਰ ਆਖਿਆ ਹੈ ਕਿ ਦੇਸ਼ ਵਿੱਚ 2025 ਤੱਕ ਨੋ ਨੈਨੋ ਯੂਰੀਆ ਪਲਾਂਟ ਸਥਾਪਿਤ ਕੀਤੇ ਜਾਣਗੇ। ਸ਼੍ਰੀ ਮਨਾਜ ਜੀ ਦੀ ਸਾਲਾਨਾ ਪਵਿੱਤਰ ਯਾਤਰਾ ਦੇ ਪਹਿਲੇ ਦਿਹਾੜੇ 7000 ਸ਼ਬਦ ਦੇ ਸ਼ਿਵ ਭਗਤ ਨੇ ਪਵਿੱਤਰ ਗੁਫਾ ਚ ਇਮਲਿੰਗਮ ਦੇ ਦਰਸ਼ਨ ਕੀਤੇ। ਲੇਬਨਾਨ ਦੀ 4-2 ਕਨੇਰਾ ਇਹ ਭਾਰਤ ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਖਿਤਾਬੀ ਮੁਕਾਬਲੇ ਚ ਪੁੱਜੀ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਕੱਲ ਮੱਧ ਪ੍ਰਦੇਸ਼ ਦੇ ਸ਼ੈਡੋਲ ਜ਼ਿਲ੍ਹੇ ਦੇ ਲਾਲਪੁਰ ਗ੍ਰਾਂਚ ਰਾਸ਼ਟਰੀ ਸਿਕਲ ਸੈਲ ਐਨੀਮੀਆ ਉਨਮੂਲਨ ਮਿਸ਼ਨ 2047 ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦੇ ਹੋਏ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਦੁਨੀਆ ਭਰ ਚ ਸਿਕਲ ਸੈਲ ਐਨੀਮੀਆ ਦੇ ਕੁੱਲ ਮਾਮਲੇ ਇਚਾ ਅੱਧੀ ਗਿੰਤਰੀ ਪਾਰ ਚ। ਸ਼੍ਰੀ ਮੋਦੀ ਹੋਰੇ ਗਲਾਇਆ ਜੇ ਸਰਕਾਰ ਪੈਲ ਦੀ ਬਿਨਾ ਪਰ ਜਨਜਾਤੀ ਸਰਬੰਧੀ ਇੱਕ ਬਖਰੇ ਮੰਤਰਾਲੇ ਦਾ ਗਠਨ ਬਿਕਰੋਗ। ਉਹਨੇ ਗਲਾਇਆ ਜੇ ਸਰਕਾਰੇ ਦਾ बन्न है दो हजार संताली तगर इस बमारी सने जड़े पुटी दिता जा प्रधानमंत्री और त्रै करोड़ सतुंजा लख आयुष्मान भारत प्रधानमंत्री जन आरोग्य योजना कार्ड बंटने आमें भी उद्घाटन किया अलावा एक करोड़ शा मते पी वी आयुष्मान भारत कार्ड तकसीम करने के कमें भी रंभ करवाया ਪ੍ਰਧਾਨ ਮੰਤਰੀ ਰਿੰਗਲਾਯਾ ਜੇ ਆਯੁਸ਼ਮਾਨ ਭਾਰਤ ਕਾਰਡ ਗਰੀਬ ਆਦਮੀ ਦੇ ਖੀਸੇ ਚ 5 ਲੱਖ ਰੁਪਏ ਦੇ ਏਟੀਐਮ ਕਾਰਡ ਵਾਲਾ ਲਿਖਾ ਹੈ ਜੇਦੀ ਮਦਦ ਕਰਨੇ ਉਹ ਬਿਮਾਰ ਹੋਣੇ ਪਰ ਦੇਸੈਚ ਕੁਦਰੇ ਬੀ ਆਪਣਾ ਇਲਾਜ ਕਰਵਾ ਸਕਦਾ ਹੈ ਇਸ ਬਾਰੇ ਜੂਨ ਮਹੀਨੇ ਤਕਰ ਚੀਜ਼ੇ ਬਸਤੇ ਤੇ ਸੇਵਾ ਸਰਬੰਧੀ ਟੈਕਸ ਜੀਐਸਟੀ ਰਾਜਸਵ ਵਿੱਚ ਤਕਰੀਬਨ 166500 ਕਰੋੜ ਰੁਪਏ ਰਿਆ ਜਿਹੜਾ ਜੰਦੇਬਰੇ ਇਸੇ ਮਹੀਨੇ ਦੇ ਰਾਜਸਵਥਾ માં 12% ਵਾਧਾ ਹੈ ਕੁੱਲ ਸੰਗ੍ਰਹਿ ਚਾ ਕੇਂਦਰੀ ਵਸਤੂ ਤੇ ਸੇਵਾਕਰ CGST 31000 ਕਰੋੜ ਰੁਪਏ ਸ਼ਾ ਵਧ ਰਿਆ ਰਾਜਯ ਵਸਤੂ ਤੇ ਸੇਵਾਕਰ SGST 38290 ਕਰੋੜ ਸ਼ਾ ਵਧ ਤੇ ਇੱਕੀਕ੍ਰਿਤ ਵਸਤੂ ਤੇ ਸੇਵਾਕਰ IGST 80290 ਕਰੋੜ ਰੁਪਏ ਸ਼ਾ ਵਧ ਰਿਆ ਅਲੀ ਸਰਬੰਦੀ ਮਹਿਕਮੇ ਦੇ ਮੰਤਰੀ ਮਨਸੂਖ ਮਾਨਵੀ ਹੋ ਰੇ ਅਨਖਿਆ ਹੈ ਜੇ 2025 ਤੋੜੀ ਭਾਰਤ ਚ ਅਰ ਬਰ ਨੈਨੋ ਯੂਰੀਆ ਦੀ 44 ਕਰੋੜ ਬੋਤਲਾਂ ਦਾ ਉਤਪਾਦਨ ਕਰਨੇ ਦਾ ਲਕਸ਼ ਮਿਠੇ ਗੇਦਾ ਉਹਨੇ ਆਖਿਆ ਜੇ ਇਸ ਲਕਸ਼ ਗਿਆ ਹਾਸਲ ਕਰਨੇ ਲਈ ਪੂਰੇ ਦੇਸ਼ ਚ ਨੂ ਪਲਾਂਟ ਸਥਾਪਿਤ ਕੀਤੇ ਜਾੰਗਣ ਮਾਨਵੀ ਹੋਰੇ ਆਕਾਸ਼ਮਾਨੀ ਕੀ ਦਸਿਆ ਜੇ ਨੈਨੋ ਯੂਰੀਆ ਦੇ ਬੜੇ ਫਾਇਦੇ ਤੇ ਫਸਲਾਂ ਨੈਨੋ ਯੂਰੀਆ ਦੀ 80 ਫੀਸਦੀ ਮਤਾ ਜਜ਼ਬ ਕਰਦੀਆਂ ਉਹਨੇ ਦੱਸਿਆ ਜੇ ਨੈਨੋ ਯੂਰੀਆ ਸਸਤਾ ਵੀ ਹੈ ਤੇ ਇਹਦੇ ਇਸਤੇਮਾਲ ਕਰਨੇ ਫਸਲਾਂ ਦੇ ਝਾੜ ਚ ਵੀ ਵਾਧਾ ਹੁੰਦਾ ਹੈ। ਉਹਨੇ ਆਖਿਆ ਨੈਨੋ ਯੂਰੀਆ ਦੇ ਉਤਪਾਦਨ ਚ ਵਾਧਾ ਹੋਣੇ ਮਗਰ ਇਹਦਾ ਨਿਰਯਾਤ ਵਧਾਉਣੇ ਬਾਰੇ ਵੀ ਕੋਸ਼ਿਸ਼ ਕੀਤੀ ਜਾਗ। ਮਾਨਵੀਓ ਨੇ ਆਖਿਆ ਜੇ ਯੂਰੀਆ ਉਤਪਾਦਨ ਚ ਆਤਮ ਨਿਰਭਰ ਬਣਨੇ ਤਾਂ ਇਹ ਲਕਸ਼ ਰੱਖਿਆ ਗਿਆ ਹੈ। ਜਿਹੜੇ ਵਾਸਤੇ ਪਿਛਲੇ 7 ਬਰਾਂਚ ਦੇ ਸੇ ਚ 6 ਯੂਰੀਆ ਪਲਾਂਟ ਖਰੀਦੇ ਜਾ ਚੁਕੇ ਨੇ ਜਿਹਦੇ ਕਨੇ ਯੂਰੀਆ ਦਾ ਉਤਪਾਦਨ ਵਧਿਆ ਹੈ। ਕੇਂਦਰੀ ਵਿਗਿਆਨ ਤੇ ਤਕਨੀਕੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਕੱਲ ਗੁਹਾਟੀ ਚ ਪੂਰਵੋਤਰ ਨਿਰਵਾਚਕਾ ਸਭਾ ਦਾ ਉਦਘਾਟਨ ਕੀਤਾ ਜਿਹੜਾ ਜੇ ਉੱਤਰ ਪੂਰਬ ਭਾਰਤ ਚ ਪਿਛਲੇ ਨੋਮਬਰੇ ਦੌਰਾਨ ਹੋਏ ਦੇ ਮਤਵੇ ਵਾਲੇ ਵਿਕਾਸ ਗੀ ਦਰਸਾਂਦੀ ਹੈ ਇਸ ਮੌਕੇ ਕਿਥੇ ਗੀ ਸੰਬੋਧਿਤ ਕਰਦੇ ਹੋਏ ਡਾਕਟਰ ਸਿੰਘ ਹੋਰੇ ਆਖਿਆ ਜੇ ਪਿਛਲੇ ਨੋਮਬਰੇ ਚ ਪ੍ਰਧਾਨ ਮੰਤਰੀ ਹੋਰ 60 ਵਾਰੀ ਉੱਤਰ ਪੂਰਬੀ ਭਾਰਤ ਦਾ ਦੌਰਾ ਲਾਇ ਚੁਕੇ ਦੇ ਇਹਦੇ ਕੋਲਾ ਪਹਿਲੇ ਕੋਈ ਵੀ ਪ੍ਰਧਾਨ ਮੰਤਰੀ ਨੇ ਇੰਨੀ ਵਾਰੀ ਇਸ ਇਲਾਕੇ ਦਾ ਦੌਰਾ ਨਹੀਂ ਲਾਇਆ ਹਾ ਉਨੇ ਆਖਿਆ ਜੇ ਪ੍ਰਧਾਨ ਮੰਤਰੀ ਦੀ ਅਧਿਐਕਸ਼ਤਾ ਚ ਇਸ ਖੇਤਰ ਚ ਸਕਾਰਾਤਮਕ ਬਦਲਾਵ ਆਕਰਦਿਨ ਤੇ ਉੱਤਰ ਪੂਰਬ ਭਾਰਤ ਕੀ ਮੋਦੀ ਸਰਕਾਰ ਦੇ ਵਿਕਾਸ ਦਾ ਨਮੂਨਾ ਆਖਿਆ ਜਾ ਕਰਦਾ ਹੈ। ਉਨੇ ਆਖਿਆ ਜੇ ਨੋਬਰੇ ਪਹਿਲੇ ਉੱਤਰ ਪੂਰਵੀ ਭਾਰਤ ਦੀ ਖਬਰਾਂ ਵਿਦਰੋਹ, ਦੰਗੇ ਜਾਂ ਗੁਮਰਾ ਨੌਜਵਾਨੇ ਕੀ ਲਈਏ ਆਂਦੀਆਂ ਪਰ ਹੁਣ ਹਾਲਾਤ ਬਦਲੀ ਚੁਕੇ ਦਿੰ ਤੇ ਹੁਣ ਉੱਤਰ ਪੂਰਬ ਭਾਰਤ ਦੀ ਯੁਵਾ ਪੀੜੀ ਪਾਰੇ ਦੀ ਮੁਖਤਾਰਾ ਚ ਸ਼ਾਮਲ ਹੋਈ ਜੁਗੀ ਦੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਹੋਰੇ ਫਰਾਂਸ ਚ ਇਨਸਕ ਅਲਾਤ ਤੇ ਚਲਦੇ ਆਪਣੀ ਜਰਮਨੀ ਦਾ ਦੌਰਾ ਅਗਲਾ ਪਾਏ ਦਿੱਤਾ ਹੈ ਇਹ ਦੌਰਾ ਅੱਜ ਰਾਂਬੋਨਾਹਾ ਦੌਰੇ ਦੇ ਸਹੇਦੌਣੇ ਦੀ ਗੋਸ਼ਨਾ ਉਸ ਲਈ ਜਿਸ ਲਈ ਚਲਾਰ ਦੇ ਦੰਗੇ ਦੀ ਚੌਥੀ ਰਾਤੀ 1300 ਲੋਕਾਂ ਦੀ ਇਰਾਸਾ ਚ ਲੈ ਲਿਆਤਾ ਗਿਆ ਨਹਿਲਾਮੁੰਦੇ ਦੋਸਤੇ ਪਰਿਵਾਰ ਕੱਲ ਪੈਰਿਸ ਮਹਾਨਗਰ ਇਕੱਠੇ ਹੋਏ ਜਿੱਥੇ ਉੰਦੀ ਮੌਤ ਹੋਈ ਸੀ ਰਾਸ਼ਟਰਪਤੀ ਮੈਕਰੋਨੋ ਨੇ ਕੱਲ ਜਰਮਨੀ ਦੇ ਰਾਸ਼ਟਰਪਤੀ ਫ੍ਰੈਂਕ ਵਾਲਟਰਨ ਦੇ ਕਰਨੇ ਫੋਨ ਪਰ ਗੱਲਬਾਤ ਕੀਤੀ ਤੇ ਉਹਨੇ ਕੀ ਅਲਾਤੀ ਜਾਣਕਾਰੀ ਦੇਣ ਦੇ ਅਲਾਵਾ ਆਪਣੇ ਜਰਮਨੀ ਦੇ ਦੌਰੇ ਦੀ ਸਥਿਤ ਕਰਨੇ ਬਾਰੇ ਵੀ ਜਾਣਕਾਰੀ ਦਿੱਤੀ ਇਹ ਖਬਰਾਂ ਤੁਸ ਆਕਾਸ਼ਵਾਣੀ ਪਰ ਸੁਣਾ ਕਰ ਦਿਓ ਸ਼੍ਰੀ ਅਮਨਾ ਜੀ ਦੀ ਸਾਲਾਨਾ ਯਾਤਰਾ ਦੇ ਪਹਿਲੇ ਦਿਹਾੜੇ ਕੱਲ 7000 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਚ ਇਮਲਿੰਗਮ ਦੇ ਦਰਸ਼ਨ ਕੀਤੇ ਅਧਿਕਾਰੀਆਂ ਦੱਸਿਆ ਜੇ 4735 ਸ਼ਰਧਾਲੂ ਬਾਲਟਾ ਲਾਲੇ ਤੇ 25000 ਸ਼ਰਧਾਲੂ ਪੈਲਗਾਮ ਦੇ ਰਸਤੇ ਯਾਤਰਾ ਅਸਤੇ ਰਵਾਨਾ ਹੋਏ ਅੱਜ ਜੰਮੂ ਦੇ ਯਾਤਰੀ ਨਿਵਾਸ ਸਮਾਂ 4416 ਸ਼ਦਾਲ ਵਿੰਦਾ ਜੱਥਾ ਬਾਲਟਾਲ ਤੇ ਨੌਨਵਾਨ ਆਧਾਰ ਸ਼ਿਵਰਿੰਚ ਪੂਜਕਤ ਯਾਤਰਾ ਜਾਰੀ ਕਰੋਗ ਅਗਲੇ 2 ਮਹੀਨੇ ਤੱਕ ਚੱਲਣ ਵਾਲੀ ਇਸ ਯਾਤਰਾ ਦੀ ਸੁਚਾਰੂ ਟੰਗੇਸਰ ਚਲਾਣੇ ਆਸਤੇ ਸੁਰੱਖਿਆ ਏਜੰਸੀਆਂ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਦਿਨ ਜੰਮੂ ਕਸ਼ਮੀਰ ਦੇ ਪ੍ਰਾਜੈਪਾਲ ਮਨੋਜ ਸੇਨਾਵਰੇ ਕੱਲ ਯਾਤਰਾ ਬਾਰੇ ਕੀਤੇ ਗਏ ਦੇ ਇੰਤਜ਼ਾਮੇ ਦਾ ਜਾਇਜ਼ਾ ਲੈਣੇ ਆਸਤੇ ਇੱਕ ਸਮੀਖਿਆ ਬੈਠਕ ਦੀ ਪ੍ਰਧਾਨਤਾ ਵੀ ਕੀਤੀ ਹੀ ਪਛਮੀ ਕੈਨਿਆ ਦੇ ਲੋਂਡਿਆਨਾ ਚ ਸ਼ੁੱਕਰਵਾਰ ਨੂੰ ਇੱਕ ਸੜਕ ਹਾਦਸੇ ਚ ਕਟੋ ਕਟ ਕੁੰਜੇ ਜਾਣੀ ਦੀ ਮੌਤ ਹੋ ਗਈ ਹੈ ਆਜਾ ਉਸਲੇ ਪੇਸ਼ ਆਇਆ ਜਿਸਲੇ ਕੇ ਇੱਕ ਟਰੱਕ ਡਰਾਈਵਰ ਦੇ ਕਾਬੂ ਸ਼ਾ ਬਾਹਰ ਹੋਈ ਨਿਕਾਂ ਗੱਡੀਆਂ ਕੇ ਟੱਕਰ ਮਾਰਦੇ ਹੋਈ ਬਾਜ਼ਾਰੇ ਚ ਕਈ ਵਪਾਰੀਆਂ ਗਿਰੋਂ ਦੇ ਦਿੱਤਾ ਪੁਲਿਸ ਨੇ ਦੱਸਿਆ ਜੇ ਇਹ ਘਟਨਾ ਰਾਜਧਾਨੀ ਨੈਰੋਬੀ ਸ਼ਾ ਤਕਰੀਬਨ 200 ਕਿਲੋਮੀਟਰ ਉੱਤਰ ਪੱਛਮ ਚ ਲੋਂਡਿਆਨਾ ਦੀ ਰਿਫਟ ਕਾਟ ਇਸ਼ਾਰਾ ਕਸ਼ ਉੱਥੇ ਹੋਈ ਜਿੱਥੇ ਅਕਸਰ ਆਜੇ ਦੀ ਸ਼ੰਕਾ ਬਣੀ ਦੀ ਰਹਿੰਦੀ ਹੈ ਸੂਤਰੇ ਦੱਸਿਆ ਜੇ ਕੁੰਜੇ ਸ਼ਮਿੰਦ ਗਿੰਤ੍ਰਿਕ ਇਤਜਾਈ ਚੁਕੀ ਦੀ ਗਾਤੇ ਮੰਨਿਆ ਜਾ ਕਰਦਾ ਜੇ ਮਲਬੇ ਚ ਅਜੇ ਹੋਰ ਵੀ ਲੋਕ ਫਸੋਈ ਦੇਉਂਗਣ ਕੇਨਿਆ ਦੀ ਰੈੱਡ ਕਰਾਸ ਸੁਸਾਇਟੀ ਨੇ ਕੱਲ ਸ਼ਨੀਵਾਰ ਨੂੰ ਦੱਸਿਆ ਜੇ ਇਹਦੇ ਚ 32 ਹੋਰ ਦੂਏ ਲੋਕ ਜ਼ਖਮੀ ਵੀ ਹੋਏ ਤੇ ਉਹਨਾਂ ਕੀ ਇਲਾਜ ਮਾਲਜੇ ਲਈ ਹਸਪਤਾਲਾਂ ਚ ਦਾਖਲ ਕਰਵਾਇ ਦਿੱਤਾ ਗਿਆ ਹੈ ਉਹਨੇ ਕੇਨਿਆਈ ਲੋਕਾਂ ਕੀ ਰક્તਦਾਨ ਕਰਨ ਦੀ ਵੀ ਅਪੀਲ ਕੀਤੀ ਹੈ ਦੱਸਿਆ ਜਾ ਕਰਦਾ ਹੈ ਜੇ ਬੜੀ ਮਤੀ ਬਰਖਾ ਕਰੀਏ ਬਚਾਤੇ ਰਾਤ ਅਲੀਏ ਕਮੇਕਾਰ ਵਾਈਂਚੇ ਰੁਕਾਵਟ ਪਵਾ ਕਰਦੀ ਹੈ ਤੇ ਲੋਕ ਵੀ ਆਚਾ ਕਰਸਤ ਗਟੀਆਂ ਚ ਅਜੇ ਫਸੇ ਦੇਨ ਕੇਨਿਆਂ ਦੇ ਟ੍ਰਾਂਸਪੋਰਟ ਮੰਤਰੀ ਕੀਪਚੁੰਬ ਮੁਰਕੋਮੇਨ ਹੋਰੇ ਪਹਿਲੀ ਜੁਲਾਈ ਕੀ ਆਚੇ ਵਾਲੇ 18 ਦਾ ਦੌਰਾ ਲਾਇਆ ਤੇ ਆਖਿਆ ਜੇ ਸਰਕਾਰ ਆਉਣੇਲੇ ਸਮੇਂ ਚ ਨਿਆ ਆਚੇਂਗੀ ਰੁਕਣੇ ਆਸਤੇ ਬਜ਼ਾਰਾਂ ਦੀ ਜਰਨਾਲੀ ਸ਼ਿਕਾਇਤਾਂ ਮਾ ਦੂਰ ਮੁਨਤਕਲ ਕਰੋਗ ਸਾਫ ਚੈਂਪੀਅਨਸ਼ਿਪ ਦੇ ਕੱਲ ਬੈਂਗਲੌਰੂ ਚ ਖੇਡੇਗੇ ਦੇ ਸੈਮੀਫਾਈਨਲ ਮੁਕਾਬਲੇ ਚ ਭਾਰਤ ਨੇ ਲੇਬਨਾਨ ਕੀ 4-2 ਕਨੇਰਾ ਇਹ ਖਤਾਬੀ ਮੁਕਾਬਲੇ ਚ ਆਪਣੀ ਥਾਰ ਬਣਾਈ ਲਤੀ ਹੈ। ਤੈ ਸਮੇ ਕੋਲਾ ਮਗਰਾ ਬਾਦੂ ਸਮੇ ਚ ਵੀ ਕੋਈ ਟੀਮ ਗੋਲ ਕਰਨੇ ਚ ਕਾਮਯਾਬ ਨਹੀਂ ਹੋਈ ਤੇ ਮੁਕਾਬਲਾ ਪੈਨਲਟੀ ਸ਼ੂਟਆਊਟ ਚ ਚਲ ਗਿਆ। ਪੈਨਲਟੀ ਸ਼ੂਟਆਊਟ ਚ ਪਹਿਲੀ ਕੋਸ਼ਿਸ਼ ਚ ਸੁਨੀਲ ਛੇਤਰੀ ਨੇ ਗੋਲ ਦਾਗੇ ਦਿੱਤਾ ਤੇ ਗੁਰਪ੍ਰੀਤ ਸਿੰਘ ਸੰਧੂ ਦੇ ਬਚਾਵ ਕਨੇ ਭਾਰਤ ਕੀ ਲੇਬਨਾਨ ਥਮਾ 1-0 ਕਰਨੇ ਬੜੋ ਤ੍ਰਿਤ ਹੋਈ ਗਈ। ਤਖੀਰੇ ਚ ਮੇਜ਼ਬਾਨ ਟੀਮ 4-2 ਕਨੇ ਮੈਚ ਕੀ ਆਪਣੇ ਨਾਂ ਕਰਨੇ ਚ ਕਾਮਯਾਬ ਰਹੀ। ਇਹਦੇ ਸ਼ਾ ਪਹਿਲੇ ਦੁਪਹਿਰੀ 3 ਵਜੇ ਖੇਡੇ ਗਏ ਮੈਚ ਇਚ ਕੁਵੈਤ ਨੇ ਇੱਕ ਦੂਏ ਸੈਮੀਫਾਈਨਲ ਮੈਚ ਇਚ ਬੰਗਲਾਦੇਸ਼ ਕੀ ਇੱਕ ਅਸਫਰ ਕਨੇ ਅਰਾਇਆ। ਤੈ ਸਮੇਂ ਤੱਕ ਦੋਨੇ ਟੀਮਾਂ ਬਰਾਬਰੀ ਪਰ ਹੀ ਆ ਤੇ ਬਾਦੂ ਸਮੇਂ ਚ ਕੁਵੈਤ ਦੇ ਅਲ ਬਲੋਸ਼ੀ ਨੇ ਗੋਲ ਕਰੀਏ ਆਪਣੀ ਟੀਮ ਕੀ ਜਿੱਤ ਦਵਾਈ। ਫਾਈਨਲ ਚ 4 ਜੁਲਾਈ ਕੀ ਭਾਰਤਾ ਮੁਕਾਬਲਾ ਕੁਵੈਤ ਕਨੇ ਹੋਯੋ। ਦੋੰਬਾਰੀ ਚੈਂਪੀਅਨ ਰਹਿ ਚੁਕੇ ਦਾ ਵੈਸਟ ਇੰਡੀਜ਼ ਕੱਲ ਸ਼ਨੀਵਾਰ ਨੂੰ ਅਰਰਚ ਖੇਡੇਗੇ ਦੇ ਸਕਾਟਲੈਂਡ ਖਿਲਾਫ ਮੈਚ ਵਿਚ ਆ ਰਿ ਜਾਣੇ ਮਗਰਾ ਪਰ ਚ 2023 ਵਾਲੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਟੂਰਨਾਮੈਂਟ ਵਿਚ ਕੁਆਲੀਫਾਈ ਕਰਨੇ ਚ ਨਾਕਾਮ ਰਿਹਾ ਵੈਸਟ ਇੰਡੀਜ਼ ਕੀ ਟੂਰਨਾਮੈਂਟ ਚ ਸ਼ਾਮਲ ਹੋਣੇ ਲਈ ਆਪਣੀਆਂ ਆਸੇ ਮੇਦੇਂਗੀ ਬਣਾਏ ਰੱਖਣੇ ਆਸਤੇ ਸਕਾਟਲੈਂਡ ਖਿਲਾਫ ਜਿੱਤ ਦੀ ਲੋੜ ਹੀ ਪਰ ਉਹ 181 ਰਨ ਬਣਾਈ ਸਕਿਆ ਜਿੱਤ ਦੇ ਲਖਸ਼ੀ ਸਕਾਟਲੈਂਡ ਨੇ ਮੈਥਿਊ ਕ੍ਰਾਸ ਤੇ ਬ੍ਰੈਂਡਨ ਮੈਕਲਮ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ਪਰ 6.3 ਓਵਰ ਬਾਕੀ ਰੋਂਦੇ ਗਏ ਮੈਚ ਜਿੱਤੀ ਲੈਤਾ 1975 ਤੇ 1979 ਵਾਲੇ ক্রিকেট ਵਿਸ਼ਵ ਕੱਪ ਜਿਤਣਿਆਲੇ ਵੈਸਟ ਇੰਡੀਜ਼ ਲਈ 48 ਬਰਿੰਚ ਇਹ ਪਹਿਲਾ ਮੌਕਾ ਹੈ ਜਿਸ ਲਈ ਉਹ 10 ਟਾਪ ਦੀਆਂ ਟੀਮਾਂ ਚ ਆਪਣੀ ਥਾਰ ਨਹੀਂ ਬਣਾਈ ਸਕਿਆ ਮੁੰਬਈ ਤੇ ਕੰਨੇ ਲੱਗਦੇ ਇਲਾਕਿਆਂ 'ਚ ਕੱਲ ਤੇਜ਼ ਵਰਖਾ ਦਰਜ ਕੀਤੀ ਗਈ ਹੈ ਤੇ ਤੇਜ਼ ਵਰਖਾ ਕਰਨੇ ਦਾਦਰ, ਪ੍ਰੇਲ ਤੇ ਸਿਆਂਚ 'ਚ ਬਾੜ ਜਨੇ ਹਾਲਾਤ ਬਣੀ ਗਏ। ਸ਼ੜਕਾਂ ਵੀ ਪਾਣੀ ਕਰਨੇ ਭਰੋਚੀ ਗਈ ਦੀਆਂ। ਮੁੰਬਈ ਸਿਵਿਕ ਬਾਡੀ ਮੁਤਾਬਿਕ ਸ਼ਨੀਵਾਰ ਦੀ ਪੂਰਬੀ ਉਪਨਗਰਾਂ 'ਚ 79.86 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਤੇ ਪੱਛਮ ਉਪਨਗਰਾਂ 'ਚ 73.5 ਮਿਲੀਮੀਟਰ ਵਰਖਾ ਪਈ। ਨਾਗਰਿਕ ਨਿਕਾਇ ਨੇ ਜਾਣਕਾਰੀ ਦਿੱਤੀ ਹੈ ਕਿ ਮੁੰਬਈ ਦੇ ਤਰਾਵੀ ਥਾਰ ਚ ਮਨੋਹਰ ਕਾਲਜ ਕਸ਼ ਇੱਕ ਦੀਵਾਰ ਦਾ ਸਾਹਮਣੇ ਵਾਲਾ ਹਿੱਸਾ ਟੇਪ ਗਿਆ ਜਿਸ ਕਰਕੇ ਤ੍ਰੈਲੋਕ ਜ਼ਖਮੀ ਹੋਏਗੇ ਜ਼ਖਮੀਆਂ ਗੀ ਸਿਆਨ ਹਸਪਤਾਲ ਪਰ ਤੇ ਕੁਰਾਈ ਦਿੱਤਾ ਗਿਆ ਤੇ ਉਨਦੀ ਹਾਲਤ ਠੀਕ ਦਸੀ ਜਾ ਕਰਦੀ ਹੈ ਮੌਸਮ ਵਿਭਾਗ ਨੇ ਅਗਲੇ ਦੋ ਤਰੋਂ ਦਿਨਾਂ ਚ ਮੁੰਬਈ ਤੇ ਕੰਨੇ ਲੱਗਦੇ ਇਲਾਕੇ ਚ ਮਤੀ ਕੋਲਾ ਦਰਮਿਆਨੀ ਦਰਜੇ ਦੀ ਬਾਰਖਾ ਉਨੇ ਦੀ ਮੀਦ ਦਸੀ ਹੈ ਤਖੀਰੇ ਚ ਖਾਸ ਖਾਸ ਖਬਰਾਂ ਇੱਕ ਵਾਰੀ ਪਰਤੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੇ ਆਖਿਆ ਜੈ ਸਿਕਲ ਸੈਲ ਰક્ત ਅਲਪਤਾ ਉਨਮੂਲਨ ਅਭਿਆਨ 2047 ਜਨਜਾਤੀਏ ਜੀਨਿ ਚ ਬਦਲਾਵ ਆਨਕ ਇਸ ਵਾਰ ਜੂਨ ਮਹੀਨੇ ਤੱਕਰ GST ਟੈਕਸ ਸੰਗ੍ਰਹਿ 12 ਫੀਸਦੀ ਦੀ ਵਾਧੇ 1.6 ਲੱਖ ਕਰੋੜ ਰੁਪਏ ਤੋਂ ਉਪਰ ਪੁੱਜ ਗਿਆ ਹੈ। ਕੇਂਦਰੀ ਮੰਤਰੀ ਮਨੋਸ਼ਕ ਮਾਂਜਵੀਓ ਨੇ ਆਖਿਆ ਜੇ DHS 2025 ਤੱਕਰ ਨੂ ਨੈਨਾ ਯੂਰੀਆ ਪਲਾਂਟ ਸਥਾਪਿਤ ਕੀਤੇ ਜਾਣਗੇ ਸ਼੍ਰੀ ਅਮਨਾ ਜੀ ਦੀ ਸਾਲਾਨਾ ਪਵਿੱਤਰ ਯਾਤਰਾ ਦੇ ਪਹਿਲੇ ਦਿਹਾੜੇ 7000 ਸ਼ਬਾਦ ਦੇ ਸ਼ੇਵਪਕ ਨੇ ਪਵਿੱਤਰ ਗੁਫਾ ਚੀਮ ਲਿੰਗਮ ਦੇ ਦਰਸ਼ਨ ਕੀਤੇ ਤੇ ਲਿਬਨਾਨ ਦੀ 4 ਦੂ ਕਨੇਰ ਆਈਏ ਭਾਰਤ ਸੈੱਫ ਫੁੱਟਬਾਲ ਚੈਂਪੀਅਨਸ਼ਿਪ ਦੇ ਖਤਾਬੀ ਮੁਕਾਬਲੇ ਚ ਪੂਜੀ ਗਿਆ ਖਬਰਾਂ ਦੇ ਇਸ ਬੁਲੇਟਿਨ ਚ ਬਸ ਇਨਾ ਗਏ